ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਾਂਗੇ ਲੈਸਨ ਨੰਬਰ 14 ਸਾਡਾ ਲੈਸਨ ਦਾ ਨਾਮ ਹੈ ਸਰਕਾਰੀ ਬਜਟ ਅਤੇ ਆਰਥਿਕਤਾ ਤੇ ਸਭ ਤੋਂ ਪਹਿਲਾਂ ਬੇਟਾ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਹਾਂ ਕਿ ਤੁਹਾਡੇ ਪੇਪਰ ਜਿਹੜੇ ਮਾਰਚ ਅਪ੍ਰੈਲ ਨੂੰ ਸ਼ੁਰੂ ਹੈ ਤੇ ਅਸੀਂ ਇਸ ਤਰ੍ਹਾਂ ਕਰਾਂਗੇ ਪਹਿਲਾਂ ਇਹ ਜਿਹੜਾ ਸਿਲੇਬਸ ਸ਼ੁਰੂ ਕੀਤਾ ਹੈ ਉਹ ਕੰਪਲੀਟ ਕਰਾਂਗੇ ਤੇ ਉਸ ਤੋਂ ਬਾਅਦ ਜਾਂ ਐਕੂਰੇਟ ਜੋ ਵੀ ਮੈਨੂੰ ਪੰਜਾਬੀ ਮੀਡੀਅਮ ਵਿੱਚ ਮਿਲ ਜਾਏਗਾ ਤੇ ਮੈਂ ਤੁਹਾਡੀ ਤਿਆਰੀ ਕਰਵਾ ਦਾਂਗੀ ਜਾਂ ਕਵਿੱਕੀ ਮਿਲੇਗੀ ਜਾਂ ਐਕੂਰੇਟ ਦੋਨਾਂ ਦਾ ਮਟੀਰੀਅਲ ਸੇਮ ਹੈ ਤੇ ਬੇਟਾ ਸ਼ੁਰੂ ਕਰ ਲੈਂਦੇ ਹਾਂ ਸਾਡਾ ਹੈਗਾ ਇਹ ਟੌਪਿਕ ਜਨਤਕ ਖਰਚੇ ਦਾ ਮਹੱਤਵ ਠੀਕ ਹੈ ਭਾਰਤ ਵਰਗੇ ਕਲਿਆਣਕਾਰੀ ਰਾਜ ਵਿੱਚ ਜਨਤ ਖਰਚਿਆਂ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਬਹੁਤ ਵੈਲਿਊ ਹੁੰਦੀ ਹੈ ਜੋ ਹੜਾ ਜਨਤਕ ਖਰਚੇ ਨੇ ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਹੈਗਾ ਨੰਬਰ 1 ਆਰਥਿਕ ਵਿਕਾਸ ਦੀ ਦਰ ਵਿੱਚ ਵਾਧਾ ਜੇ ਆਰਥਿਕ ਵਿਕਾਸ ਕਰਦੇ ਹਨ ਨਾ ਉਸ ਦਰ ਵਿੱਚ ਜਨਤਕ ਖਰਚੇ ਦੇ ਹੋਣ ਦੇ ਕਰਕੇ ਵਾਧਾ ਹੁੰਦਾ ਹੈ ਜਿਸ ਤਰ੍ਹਾਂ ਕਿ ਜਨਤਕ ਖਰਚੇ ਘੱਟ ਵਿਕਸਤ ਦੇਸ਼ਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਜਿਹੜੇ ਦੇਸ਼ ਜਿਹੜੇ ਜ਼ਿਆਦਾ ਡਿਵੈਲਪ ਨਹੀਂ ਹੋਏ ਉਨ੍ਹਾਂ ਵਾਸਤੇ ਜਿਹੜੇ ਜਨਤਕ ਖਰਚੇ ਬਹੁਤ ਜ਼ਰੂਰੀ ਹੈ ਜਦੋਂ ਸਰਕਾਰ ਸੜਕਾਂ ਡੈਮਾਂ ਪੁਲਾਂ ਨਵੇਂ ਉਦਯੋਗਾਂ ਤੇ ਬਿਜਲੀ ਪ੍ਰੋਜੈਕਟਾਂ ਆਦਿ ਉੱਪਰ ਖਰਚ ਕਰਦੀ ਹੈ ਤੇ ਇਸ ਨਾਲ ਸਮਾਜਿਕ ਪੂੰਜੀ ਦਾ ਵਿਕਾਸ ਹੁੰਦਾ ਹੈ ਜਿਸ ਨਾਲ ਖੇਤੀ ਅਤੇ ਉਦਯੋਗਤ ਰੱਕੀ ਕਰਦਾ ਹੈ ਬੇਟਾ ਜਦੋਂ ਵੀ ਘਾੜੀ ਸਰਕਾਰ ਜੜੀ ਕੋਈ ਸੜਕਾਂ ਬਣਾਉਂਦੀ ਹੈ ਲੰਮੀਆਂ ਰੋਡਾਂ ਬਣਾ ਕੇ ਵਧੀਆ ਰੋਡ ਬਣਾ ਕੇ ਇੱਕ ਦੂਜੀ ਕੰਟਰੀ ਨਾਲ ਲਿੰਕਡ ਹੋ ਜਾਂਦੀਆਂ ਨੇ ਫਿਰ ਬਿਜਲੀ ਦੇ ਪ੍ਰੋਜੈਕਟ ਹੈ ਨਵੀਆਂ ਉਦਯੋਗ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਇੱਕ ਘੱਟ ਵਿਕਸਿਤ ਦੇਸ਼ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਇਹਦਾ ਨਾ ਕੀ ਹੁੰਦਾ ਕਿ ਸਮਾਜਿਕ ਜਿਹੜੀ ਪੂੰਜੀ ਹੈ ਉਹਦਾ ਵਿਕਾਸ ਹੁੰਦਾ ਤੇ ਇਹਨਾਂ ਖੇਤੀਬਾੜੀ ਦੇ ਉਦਯੋਗ ਵਿੱਚ ਵੀ ਤਰੱਕੀ ਹੁੰਦੀ ਹੈ ਇਸ ਲਈ ਜਨਤਕ ਖਰਚਾ ਆਰਥਿਕ ਵਿਕਾਸ ਦੀ ਦਰ ਦੀ ਗਤੀ ਨੂੰ ਤੇਜ਼ ਕਰਦਾ ਫੋਰ ਐਗਜ਼ਾਮਪਲ ਜੇ ਤੁ ਸੜਕਾਂ ਬਣਾਉਂਦੇ ਆ ਤੇ ਉਹਦੇ ਵਿੱਚ ਜਿਹੜਾ ਇੰਪੋਰਟ ਲੱਗੇ ਹੁੰਦੇ ਨੇ ਮਜ਼ਦੂਰ ਉਹਨਾਂ ਨੂੰ ਕੰਮ ਮਿਲਦਾ ਵਾ ਠੀਕ ਹੈ ਤੇ ਉਹਨਾਂ ਨੂੰ ਉਹਦੇ ਨਾਲ ਵੀ ਉਹਨਾਂ ਦੇ ਘਰ ਦਾ ਵੀ ਖਰਚਾ ਚੱਲ ਜਾਂਦਾ ਵਾ ਜਿਸ ਤਰ੍ਹਾਂ ਜੋ ਵੀ ਜਿਹੜਾ ਜਨਤਕ ਖਰਚਾ ਜਨਤਾ ਦੇ ਵਾਸਤੇ ਜਿਹੜਾ ਕਰਦੇ ਆ ਆਰਥਿਕ ਵਿਕਾਸ ਦੇ ਦਰ ਨੂੰ ਵਿਵਹਿੰਦਾ ਹੈ ਇਹਦੇ ਜਿਹੜੇ ਬਿਜਲੀ ਦੇ ਪ੍ਰੋਜੈਕਟ ਬੰਦੇ ਨੇ ਉਹਦੇ ਕਰਕੇ ਵੀ ਸਾਰੀ ਚੀਜ਼ਾਂ ਦਾ ਲਾਭ ਹੁੰਦਾ ਵਾ ਤੇ ਇਹਦੇ ਇਸ ਤਰ੍ਹਾਂ ਜਿਹੜਾ ਜਨਤਕ ਖਰਚਾ ਉਹਦਾ ਪਹਿਲਾ ਪੁਆਇੰਟ ਆਰਥਿਕ ਪਗਾੜ ਦੇ ਦਰ ਵਿੱਚ ਵਾਧਾ ਠੀਕ ਹੈ ਅਗਿਆ ਮੰਦਰਾ ਅਸਫੀਤੀ ਤੇ ਨਿਯੰਤਰ ਜਿਹੜਾ ਸਾਡਾ ਇਕਨੋਮੀ ਹੈ ਉਹਦੇ ਤੇ ਨਿਯੰਤਰ ਰੱਖਦਾ ਇਹ ਪੁਆਇੰਟ ਪੜਾਂਗੇ ਪ੍ਰੋਫੈਸਰ ਕੇਨਸ ਇਸ ਵਿਚਾਰ ਦੇਤਾ ਨਹੀਂ ਹਨ ਕਿ ਜਨਤਕ ਖਰਚੇ ਨਾਲ ਅਰਧ ਵਿਵਸਥਾ ਵਿੱਚ ਸਮੂਹਿਕ ਮੰਗ ਨੂੰ ਵਧਾਇਆ ਜਾ ਸਕਦਾ ਹੈ ਜਿਹੜੀ ਸਾਡੀ ਇਕਨੋਮੀ ਹੈ ਉਹਦੇ ਵਿੱਚ ਕੀ ਕਿ ਸਮੂਹਿਕ ਮੰਗ ਨੂੰ ਵਧਾਇਆ ਜਾ ਸਕਦਾ ਹੈ ਇਸ ਲਈ ਸਰਕਾਰ ਨੂੰ ਅਸਫੀਤੀ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਵੇਖੋ ਬੇਟਾ ਇਸ ਚੀਜ਼ ਨੂੰ ਖਤਮ ਕਰਨ ਲਈ ਇਹ ਖਰਚ ਕਰਨੇ ਪੈਂਦੇ ਨੇ ਜ਼ਰੂਰੀ ਨੇ ਤੇ ਇਸ ਦਾ ਅਰਥ ਹੈ ਕਿ ਜਦੋਂ ਸਰਕਾਰ ਵੱਧ ਤੋਂ ਵੱਧ ਪੈਸਾ ਲਗਾ ਕੇ ਵੱਖ-ਵੱਖ ਉਦਯੋਗ ਖੋਲਦੀ ਹੈ ਤਾਂ ਅਜਿਹਾ ਕਰਨ ਨਾਲ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਜਿਸ ਨਾਲ ਬੇਰੁਜ਼ਗਾਰ ਜਿਹੜੀ ਖਤਮ ਹੋ ਜਾਂਦੀ ਹੈ ਤੇ ਇਹਦਾ ਇਹ ਪੁਆਇੰਟ ਵੀ ਬਹੁਤ ਇੰਪੋਰਟੈਂਟ ਹੈ ਕਿ ਮੁੰਦਰਾ ਅਸਫਿਤੀ ਵਿੱਚ ਤੇ ਨਿਯੰਤਰ ਮਤਲਬ ਕੰਟਰੋਲ ਰਹਿੰਦਾ ਹੈ ਤੇ ਲੋਕਾਂ ਨੂੰ ਜਿਆਦਾ ਜਿਹੜੇ ਬੇਰੁਜ਼ਗਾਰ ਹੁੰਦੇ ਨੇ ਉਹਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਅੱਗੇ ਹੈਗਾ ਆਮਦਨ ਅਤੇ ਧਨ ਦੀ ਅਸਮਾਨਤਾ ਵਿੱਚ ਕਮੀ ਦੇਖੋ ਇਦੇ ਵਿੱਚ ਅਸੀਂ ਇਹ ਡਿਸਕਸ ਕਰਾਂਗੇ ਕਿ ਜਨਤਕ ਖਰਚਾ ਆਮਦਨ ਅਤੇ ਧਨ ਦੀਆਂ ਸਮੱਸਿਆ ਜਿਹੜੀ ਅਸਮਾਨਤਾ ਹੈ ਆਮਦਨ ਤੇ ਧਨ ਦੀ ਜਿਹੜੀ ਅਸਮਾਨਤਾ ਹੈ ਉਹਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ ਜਦ ਸਰਕਾਰ ਬੇਜ਼ਗਾਰ ਪੱਤੇ ਵਜੀਫੇ ਸਬਸਿਡੀਆਂ ਦੇ ਕੇ ਗਰੀਬਾਂ ਦੀ ਭਲਾਈ ਕਰਦੀ ਹੈ ਤੇ ਇਸ ਨਾਲ ਗਰੀਬਾਂ ਦੀ ਥੋੜੀ ਬਹੁਤ ਆਰਥਿਕ ਜੈ ਸਹਾਇਤਾ ਹੋ ਜਾਂਦੀ ਹੈ ਇਸ ਨਾਲ ਅਮੀਰ ਤੇ ਗਰੀਬ ਦਾ ਜਿਹੜਾ ਅੰਤਰ ਹੈ ਘਟ ਜਾਂਦਾ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਜਿਸਾਂ ਕਿ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਗਰੀਬੀ ਗਰੀਬ ਬੱਚਿਆਂ ਨੂੰ ਤੇ ਉਹਦੇ ਨਾਲ ਉਹਨਾਂ ਨੂੰ ਪੜ੍ਹਨ ਖਜਾਂਦੇ ਨੇ ਠੀਕ ਆ ਫਿਰ ਉਹਨਾਂ ਨੂੰ ਮੰਜੀਫੇ ਮਿਲ ਜਾਂਦੇ ਨੇ ਫਿਰ ਬੇਜਗਹ阿里 ਪੱਤੇ ਮਿਲ ਜੀ ਮਿਲਦੇ ਨੇ ਉਹਨਾਂ ਨਾਲ ਵੀ ਕਾਫੀ ਜਿਹੜੀ ਹੈਲਪ ਹੋ ਜਾਂਦੀ ਹੈ ਤੇ ਇਹਦੇ ਨਾਲ ਆਮਦਨ ਤੇ ਧਨ ਦੀ ਜਿਹੜੀ ਅਸਮਾਨਤਾ ਵਿੱਚ ਕਮੀ ਆ ਜਾਂਦੀ ਹੈ ਠੀਕ ਆ ਅੱਗੇ ਹੈਗਾ ਆਰਥਿਕ ਕਲਿਆਣ ਨੂੰ ਪ੍ਰੋਤਸਾਹਨ ਮਤਲਬ ਮੋਟੀਵੇਟ ਕਰਦੇ ਨੇ ਆਰਥਿਕ ਕਲਿਆਣ ਨੂੰ ਜਿਹੜੇ ਜਨਤਕ ਖਰਚੇ ਨੇ ਜਿੰਦੇ ਕਹਿੰਦੇ ਕਿ ਜਦੋਂ ਸਰਕਾਰ ਪੂੰਜੀ ਨਿਰਮਾਣ ਸਿਹਤ ਗਰੀਬੀ ਹਟਾਓ ਤੇ ਸਿੱਖਿਆ ਸਬੰਧੀ ਪ੍ਰੋਗਰਾਮਾਂ 'ਤੇ ਖਰਚ ਕਰਦੀ ਹੈ ਤਾਂ ਇਸ ਨਾਲ ਜਨਤਾ ਦੇ ਆਰਥਿਕ ਕਲਿਆਣ ਨੂੰ ਪ੍ਰੋਤਸਾਹਨ ਮਿਲਦਾ ਹੈ ਜਨਤਕ ਜਿਹੜੇ ਖਰਚੇ ਨੇ ਜਨਤਾ ਤੋਂ ਲੈ ਠੀਕ ਹੈ ਜਨਤਾ ਦੇ ਭਲਾਈ ਵਾਸਤੇ ਯੂਜ਼ ਹੁੰਦੇ ਨੇ ਤੇ ਜਦੋਂ ਜਿਹੜੀ ਸਰਕਾਰ ਹੈ ਪੂੰਜੀ ਨਿਰਮਾਣ ਜਾਂ ਸਿਹਤ ਭਲਾਈ ਕੇਂਦਰ ਖੋਲਦੀ ਹੈ ਜਾਂ ਗਰੀਬੀ ਹਟਾਓ ਤੇ ਇਹਦੇ ਵਾਸਤੇ ਕੋਈ ਕੋਈ ਨਵੀਂ ਯੋਜਨਾ ਖੋਲਦੀ ਹੈ ਜਿਸਾ ਕਿ ਕੁੜੀਆਂ ਦੇ ਨਾਂ ਤੇ ਪੈਸੇ ਜਿਹੜੇ ਨੇ ਇਹ ਨਿੰਨੇ ਰੁਪਏ ਜਿਹੜੇ ਆ ਜਾਂਦੇ ਉਹਨਾਂ ਦੇ ਅਕਾਊਂਟ 'ਚ ਗਰੀਬ ਬੱਚੇ ਜਿਹੜੇ ਕੁੜੀਆਂ ਹੁੰਦੀਆਂ ਉਹਨਾਂ ਦੇ ਐਜੂਕੇਸ਼ਨ ਵਾਸਤੇ ਤੇ ਮੈਰਿਜ ਵਾਸਤੇ ਇਹੋ ਜਿਹੜੇ ਦਿੰਦੇ ਨੇ ਮਤਲਬ ਹੈਲਪ ਕਰਦੇ ਨੇ ਤੇ ਦੂਜਾ ਸਿੱਖਿਆ ਦੇ ਸਬੰਧ ਦੇ ਕੋਈ ਜਿਸ ਤਰ੍ਹਾਂ ਜੋ ਵੀ ਪ੍ਰੋਗਰਾਮ ਹੁੰਦੇ ਸਿੱਖਿਆ ਨਾਲ ਰਿਲੇਟਡ ਹੋਦੇ ਪਰ ਜਿਹੜਾ ਵੀ ਖਰਚ ਕਰਦੇ ਨੇ ਤੇ ਇਸ ਨਾਲ ਕੀ ਹੁੰਦਾ ਕਿ ਜਨਤਾ ਦੇ ਜਿਹੜਾ ਆਰਥਿਕ ਕਲਿਆਣ ਨੂੰ ਪ੍ਰੋਤਸਾਹਿਤ ਮਿਲਦਾ ਅੱਗੇ ਹੈਗਾ ਕੀਮਤ ਅਸਥਿਰਤਾ ਤੇ ਇਹਦੇ ਵਿੱਚ ਅਸੀਂ ਆਹ ਕਰਾਂਗੇ ਕਿ ਕਿਸੇ ਵੀ ਯੋਜਨਾਬੰਦ ਆਰਥਿਕਤਾ ਦਾ ਮੁੱਖ ਉਪਦੇਸ਼ ਕੀਮਤ ਸਥਿਰਤਾ ਪ੍ਰਾਪਤ ਕਰਨਾ ਹੁੰਦਾ ਹੈ ਠੀਕ ਹੈ ਜਿਹੜੀ ਵੀ ਅਸੀਂ ਆਰਥਿਕ ਦਾ ਵਿਸ਼ਾ ਜੋ ਜਨਾ ਵਾਸਤੇ ਕੋਈ ਪਲੈਨਿੰਗ ਕਰਦੇ ਆ ਸਾਡਾ ਮੁੱਖ ਉਦੇਸ਼ ਕੀ ਹੁੰਦਾ ਕੀਮਤ ਅਸਥਿਰਤਾ ਪ੍ਰਾਪਤ ਕਰਨਾ ਹੁੰਦਾ ਹੈ ਕੀਮਤ ਅਸਥਿਰਤਾ ਨਾਲ ਸਫੀਤੀ ਜਾਂ ਅਸਫੀਤੀ ਪੈਦਾ ਹੁੰਦੀ ਹੈ ਜਨਤਕ ਖਰਚੇ ਨਾਲ ਮੰਦਰਾ ਪੂਰਤੀ ਉੱਪਰ ਨਿਯੰਤਰਣ ਰੱਖ ਕੇ ਇਸ ਉਦੇਸ਼ ਦੀ ਪੂਰਤੀ ਕੀਤੀ ਜਾ ਸਕਦੀ ਹੈ ਤੇ ਬੇਟਾ ਜਲਦੀ ਹੀ ਅਈ ਨੈਕਸਟ ਵੀਡੀਓ ਵਿੱਚ ਅਗਲਾ ਟੌਪਿਕ ਲਾਵਾਂਗੇ ਤਦ ਤੱਕ ਤੁਹਾਨੂੰ ਧਿਆਨ ਨਾਲ ਪੜੋ ਤੇ ਜਦੋਂ ਵੀ ਮੈਨੂੰ ਇਹਦੀ ਇੱਕ ਵੀਕੀ ਮਿਲ ਗਈ ਪੰਜਾਬੀ ਵੀਡੀਓ ਵਿੱਚ ਤੇ ਮੈਂ ਤੁਹਾਡੇ ਤਿਆਰੀ ਕਰਵਾ ਦਾਂਗੀ ਤਾਦੇ ਤੱਕ ਇਹ ਤੁਸੀਂ ਪੜਨਾ ਸ਼ੁਰੂ ਕਰ ਦਿਓ ਬੇਟਾ ਠੀਕ ਹੈ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇ